ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁੱਖਾ ਖੰਗ ਹੈ ਅਤੇ ਅੱਜ ਮੇਰੇ ਨਾਲ ਨੇ ਗਗਨਦੀਪ ਸਿੰਘ। ਇੱਥੇ ਕੈਨੇਡਾ ਦੇ ਵਿੱਚ ਇੰਡੀਆ ਤੋਂ ਮੂਵ ਹੋਏ ਨੇ 3 ਸਾਲ ਪਹਿਲਾਂ, ਅਤੇ ਅੱਜ ਜਾਣਦੇ ਹਾਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ। ਹੋਰ ਕੀ ਹਾਲ ਚਾਲ ਹੈ ਜੀ? ਠੀਕ, ਬਹੁਤ ਵਧੀਆ। ਗਗਨਦੀਪ ਸਿੰਘ ਜੀ, ਪਿੱਛੇ ਜੇ ਜੋ ਤੁਹਾਡਾ ਸ਼ੋਅ ਇੱਥੇ ਸਰੀ ਦੇ ਵਿੱਚ ਹੋਇਆ ਸੀ, ਮੈਂ ਦੇਖਿਆ, ਮੈਨੂੰ ਬੜਾ ਆਨੰਦ ਆਇਆ ਉਹ ਸ਼ੋਅ ਦੇਖ ਕੇ। ਤੁਸੀਂ ਇੱਕ ਅੱਛੇ ਗਾਇਕ ਹੋ, ਅੱਜ ਕੱਲ੍ਹ ਤੁਸੀਂ ਜਿਹੜੇ ਆਉਣ ਵਾਲੇ ਸਿੰਗਰਸ ਨੇ ਜਾਂ ਸੰਗੀਤਕਾਰ ਨੇ ਉਹਨਾਂ ਨੂੰ ਤੁਸੀਂ ਤਾਲੀਮ ਵੀ ਦੇ ਰਹੇ ਹੋ, ਤੁਹਾਨੂੰ ਇਹ ਸ਼ੌਂਕ ਕਦੋਂ ਤੋਂ, ਤੁਹਾਡਾ ਸ਼ੌਂਕ ਇਹ ਕਦੋਂ ਤੋਂ ਪਿਆ? ਬਚਪਨ ਤੋਂ ਹੀ, 3 ਸਾਲ ਦਾ ਸੀ ਜਦ ਤੋਂ ਮੇਰੀ ਤਾਲੀਮ ਸ਼ੁਰੂ ਹੋਈ। ਮੇਰੇ ਘਰ 'ਚ ਮਿਊਜ਼ਿਕ ਸੀ, ਮੇਰੇ ਪਿਤਾ ਜੀ ਪੰਜਾਬ ਦੇ ਫੋਕ ਦੇ ਟੋਪ ਗ੍ਰੇਡ ਆਰਟਿਸਟ, ਆਲ ਇੰਡੀਆ ਰੇਡੀਓ ਦੂਰਦਰਸ਼ਨ ਦੇ, ਸੋ ਉਹਨਾਂ ਕੋਲੋਂ ਮੇਰੀ ਮੁੱਢਲੀ ਤਾਲੀਮ ਉਹਨਾਂ ਕੋਲ ਹੋਈ। ਉਸ ਤੋਂ ਬਾਅਦ ਉਸਤਾਦ ਸੁਖਪਾਲ ਸਿੰਘ ਜੀ ਕੋਲ, ਉਸ ਤੋਂ ਬਾਅਦ ਪਿਛਲੇ 12 ਸਾਲ ਤੋਂ ਮੈਂ ਪੰਡਿਤ ਯਸ਼ਪਾਲ ਜੀ ਆਗਰਾ ਘਰਾਣੇ ਦੇ, ਮੈਂ ਉਹਨਾਂ ਦਾ ਸ਼ਾਗਿਰਦ ਹਾਂ। ਸੋ ਅੱਜ ਤੱਕ ਜਾਰੀ ਹੈ ਜੀ ਸਿੱਖਣ ਦਾ ਸਿਲਸਿਲਾ। ਤੁਸੀਂ ਜਦੋਂ ਇੰਡੀਆ ਦੇ ਵਿੱਚ ਸੀਗੇ, ਤੁਸੀਂ ਕਿਹਾ ਵੀ ਤੁਸੀਂ ਬਚਪਨ ਤੋਂ ਇਹ ਕੰਮ ਸਟਾਰਟ ਕੀਤਾ, ਜਦੋਂ ਤੁਹਾਨੂੰ ਸ਼ੁਰੂਆਤ 3 ਸਾਲਾਂ ਦੀ ਸੀ ਤੁਸੀਂ ਦੱਸਿਆ, ਜਿੱਦਾਂ 3 ਸਾਲ ਦਾ ਬੱਚਾ ਜਦੋਂ ਹੁੰਦਾ ਜੀ, ਮੈਨੂੰ ਇਹ ਸਵਾਲ ਖਾਂਦਾ ਕਿ 3 ਸਾਲ ਦਾ ਬੱਚਾ ਜਦੋਂ ਹੁੰਦਾ ਉਹਦੀ ਚਾਹਨਾ ਹੁੰਦੀ ਹੈ ਕਿ ਉਹ ਆਪਦੇ ਹਮ ਉਮਰ ਦੇ ਬੱਚਿਆਂ ਨਾਲ ਖੇਲੇ। ਖੇਲਣ ਦੇ ਵਿੱਚ ਤੁਹਾਡਾ ਕੋਈ ਰੁਝਾਨ ਨਹੀਂ ਸੀ, ਕਲਾ ਨੂੰ ਸਾਰਾ ਟਾਈਮ ਦੇ ਰਹੇ ਸੀ ਜਾਂ ਕਿੱਦਾਂ? ਨਹੀਂ, ਬੱਚੇ ਨੂੰ ਖੇਡ ਪਿਆਰੀ ਹੁੰਦੀ ਹੈ, ਹੈ ਨਾ, ਪਰ ਉਦੋਂ ਜਿਹੜਾ ਬੱਚੇ ਦੀ ਕਹਿੰਦੇ ਨਾ ਕਿ ਬੱਚੇ ਦੀ ਜਿਹੜੀ ਨੀਂਹ ਆ ਉਹ ਮਾਂ ਪਿਓ ਰੱਖਦੇ ਆ, ਹੈ ਨਾ। ਸੋ ਮਾਤਾ ਜੀ ਨੇ ਸਾਨੂੰ ਸਵੇਰੇ 3:30 ਉਠਾਉਣਾ ਹੁੰਦਾ ਸੀ, ਸਾਡੀ ਰੂਟੀਨ ਸੀ। 4 ਵਜੇ ਅਸੀਂ ਰਿਆਜ਼ 'ਤੇ ਬਹਿਣਾ ਹੁੰਦਾ ਸੀ, ਹੈ ਨਾ, 4 ਤੋਂ 6। ਸਾਡੇ ਮਨ 'ਚ ਹੀ ਇਹ ਬਿਠਾ ਤਾ ਜੋ ਅੱਜ ਤੱਕ ਇਹ ਰੂਟੀਨ ਜਿੱਦਾਂ ਸ਼ੁਰੂ ਚੱਲਦੀ ਆ ਰਹੀ ਹੈ ਕਿ ਸਵੇਰੇ ਉੱਠ ਕੇ ਰਿਆਜ਼ ਕਰਨਾ ਹੀ ਕਰਨਾ, ਹੈ ਨਾ। ਸੋ ਮਾਤਾ ਜੀ ਨੇ ਸਵੇਰੇ ਉੱਠ ਕੇ ਬਿਠਾ ਦੇਣਾ, ਪਿਤਾ ਜੀ ਨੇ ਫਿਰ ਰਿਆਜ਼ ਕਰਾਉਣਾ। ਸੋ ਫਿਰ ਜਦੋਂ ਇਹ ਹੋ ਜਾਏ ਕਿ ਵੀ ਹਾਂ ਕਰਨਾ ਹੀ ਪੈਣਾ, ਹੈ ਨਾ, ਫਿਰ ਖੇਡਣ ਦਾ ਵੀ ਖੇਡਦੇ ਵੀ ਸੀ। ਪਿੰਡ ਦੇ ਵਿੱਚ ਗੁਰਦੁਆਰੇ ਵੀ ਅਸੀਂ ਜਾਂਦੇ ਹੁੰਦੇ ਸੀ, ਗੁਰਦੁਆਰਾ ਸਾਹਿਬ ਜਾ ਕੇ ਉੱਥੇ ਅਸੀਂ ਧਾਰਨਾ ਪੜ੍ਹਨੀਆਂ, ਆਲੇ ਦੁਆਲੇ ਵਾਲੇ ਲਾਈਕ ਆਪਣੇ ਨਾਲ ਦੇ ਗੁਆਂਢੀਆਂ ਦੇ ਆਪਣੇ ਸਾਰੇ ਮੁਹੱਲੇ ਦੇ ਸਾਰੇ ਜਵਾਕ ਇਕੱਠੇ ਕਰ ਲਿਜਾਣੇ, ਤਾਂ ਉੱਥੇ ਅਸੀਂ ਸਾਰਿਆਂ ਨੇ ਲੈ ਕੇ ਕਿੱਦਾਂ ਦੀਵਾਨ ਟਾਈਪ ਲਾਉਣਾ ਉੱਥੇ, ਹੈ ਨਾ। ਤਾਂ ਉਹਦੇ 'ਚ ਖੇਡ ਵੀ ਸ਼ਾਮਿਲ ਹੁੰਦੀ ਸੀ, ਤਾਂ ਉਹਦੇ 'ਚ ਇਹ ਜਿਹੜੀ ਫਾਊਂਡੇਸ਼ਨ ਜੋ ਸਮਾਂ ਜਾਂ ਸਕੈਜੂਅਲ ਜਾਂ ਪਰਮਾਤਮਾ ਕਹਿੰਦੇ ਆਪਾਂ ਕਿ ਕਰਵਾ ਰਿਹਾ ਹੁੰਦਾ, ਹੈ ਨਾ, ਤਾਂ ਉਹ ਸਾਰਾ ਕੁਛ ਸ਼ਾਇਦ ਅੱਜ ਦੇ ਲਈ ਸਾਰਾ ਕੁਛ ਉਦੋਂ ਜੋ ਹੁੰਦਾ ਸੀ। ਸੋ ਬਚਪਨ ਤੋਂ ਹੀ ਹੋਣਾ ਮਾਂ ਪਿਓ ਦਾ ਬਹੁਤ ਵੱਡਾ ਰੋਲ। ਮੋਸਟਲੀ ਆਪਾਂ ਦੇਖਦੇ ਹਾਂ ਜੋ ਵੀ ਆਪਣੇ ਫਾਦਰ ਸਾਹਿਬ ਜੋ ਵੀ ਉਹ ਜਿਹੜੇ ਵੀ ਕੰਮ 'ਚ ਹੁੰਦੇ ਆ, ਮੋਸਟਲੀ ਬੱਚੇ ਨੂੰ ਹੁੰਦਾ ਕਿ ਉਹ ਉੱਧਰ ਨੂੰ ਖਿੱਚਦੇ ਆ। ਤੁਹਾਡੇ ਫਾਦਰ ਸਾਹਿਬ ਨੇ ਇੱਦਾਂ ਕੁਛ ਤੁਹਾਨੂੰ ਕਦੇ ਫੋਰਸ ਕੀਤਾ ਕਿ ਜਿਹੜੇ ਵੀ ਉਹ ਪ੍ਰੋਫੈਸ਼ਨ ਦੇ ਵਿੱਚ ਸੀਗੇ ਵੀ ਤੂੰ ਗਗਨ ਇੱਧਰ ਨੂੰ ਆਉਣਾ ਆ, ਤੂੰ ਆਹ ਇੱਦਾਂ ਨਹੀਂ ਕਰਨਾ ਹੈਗਾ, ਤੂੰ ਸੰਗੀਤ ਵੱਲ ਨੂੰ ਨਹੀਂ ਜਾਣਾ, ਤੂੰ ਇੱਧਰ ਨੂੰ ਆਉਣਾ, ਇੱਧਰ ਪੈਸੇ ਜ਼ਿਆਦਾ ਆ ਜਾਂ ਤੂੰ ਇਸ ਉਮਰ ਤੋਂ ਪੈਸੇ ਕਮਾਉਣ ਲੱਗ ਜਾਏਗਾ, ਕਦੇ ਉਹਨਾਂ ਨੇ ਕੁਛ ਇੱਦਾਂ ਦਾ ਸਵਾਲ ਤੁਹਾਡੇ ਮਨ 'ਤੇ ਪਾਇਆ? ਦੇਖੋ ਜੀ, ਮੇਰੇ ਪਿਤਾ ਜੀ ਪੰਜਾਬ ਪੁਲਿਸ ਨੇ, ਹੈ ਨਾ, ਤਾਂ ਉਹਨਾਂ ਨੇ ਉਹਨਾਂ ਦੇ ਮਨ 'ਚ ਇਹ ਕਦੀ ਵੀ ਨਹੀਂ ਸੀ, ਔਰ ਉਹ ਇਹ ਕਹਿੰਦੇ ਹੁੰਦੇ ਸੀ ਕਿ ਤੈਨੂੰ ਮੈਂ ਪੁਲਿਸ 'ਚ ਤਾਂ ਜਾਣ ਨਹੀਂ ਦੇਣਾ, ਹੈ ਨਾ। ਮਾਤਾ ਜੀ ਨੂੰ ਇਹ ਸ਼ੌਕ ਸੀ ਕਿ ਮੈਂ ਆਪਣੇ ਪੁੱਤਰ ਨੂੰ ਸੰਗੀਤਕਾਰ ਬਣਾਉਣਾ, ਸੋ ਉਹਨਾਂ ਨੇ ਜਿੰਨਾ ਵੀ ਜ਼ੋਰ ਲਾ ਸਕਦੇ ਸੀ ਉਹਦੇ ਵਾਸਤੇ, ਮੈਨੂੰ ਚੰਗੀਆਂ ਕਿਤਾਬਾਂ, ਚੰਗਾ ਸਾਹਿਤ। 6ਵੀਂ ਤੱਕ ਮੈਨੂੰ ਯਾਦ ਆ ਕਿ ਮੈਨੂੰ 10 ਗੁਰੂਆਂ ਦਾ ਇਤਿਹਾਸ, ਸਿੱਖ ਹਿਸਟਰੀ, ਜੋ ਜਿਵੇਂ ਸਾਖੀਆਂ ਹੁੰਦੀਆਂ ਸੀ, 10ਵਾਂ ਗ੍ਰੰਥ ਹੋ ਗਿਆ, ਅਲੱਗ ਅਲੱਗ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਹੋ ਗਈ, ਗੁਰੂ ਹਰਗੋਬਿੰਦ ਸਾਹਿਬ ਦੀ, ਗੁਰੂ ਗੋਬਿੰਦ ਸਿੰਘ ਮੇਰੇ ਫੇਵਰੇਟ ਹੁੰਦੇ ਸੀ, ਹੈ ਨਾ, ਉਹਨਾਂ ਦੀ ਪਤਾ ਨਹੀਂ ਮੈਂ ਕਿੰਨੇ ਢੰਗ ਦੀਆਂ ਅਲੱਗ ਅਲੱਗ ਪੜ੍ਹੀਆਂ, ਹੈ ਨਾ, ਤਾਂ ਹੋਰ ਬੜਾ ਧਾਰਮਿਕ ਲਿਟਰੇਚਰ ਬਹੁਤ ਪੜ੍ਹਿਆ, ਹੈ ਨਾ। ਇਹੀ ਵੱਧਦਿਆਂ ਵੱਧਦਿਆਂ ਫਿਰ ਉਹ ਲਿਟਰੇਚਰ ਤੁਸੀਂ ਹੁਣ ਸੁਣਿਆ ਸੀ ਕੌਂਸਰਟ ਦੇ ਵਿੱਚ, ਹੈ ਨਾ, ਤਾਂ ਉਹ ਇੱਕ ਜਿਹੜੀ ਜਾਗ ਜਾਂ ਨੀਂਹ ਜਾਂ ਜਿਹਨੂੰ ਆਪਾਂ ਕਹਿੰਦੇ ਕਿ ਜੜ ਕਹਿੰਦੇ ਹਾਂ, ਹੈ ਨਾ, ਤਾਂ ਉਹ ਬਚਪਨ ਤੋਂ ਹੀ ਲੱਗਣੀ ਸ਼ੁਰੂ ਹੁੰਦੀ ਹੈ। ਤੁਸੀਂ ਜਦੋਂ ਸਕੂਲ ਦੇ ਵਿੱਚ ਹੁੰਦੇ ਸੀ, ਸ਼ੌਂਕ ਤਾਂ ਤੁਹਾਨੂੰ ਸ਼ੁਰੂ ਤੋਂ ਸੀ, 3 ਸਾਲਾਂ ਤੋਂ ਤੁਸੀਂ ਸਿੱਖਣਾ ਸ਼ੁਰੂ ਕਰਤਾ, ਸਕੂਲ ਦੇ ਵਿੱਚ ਵੀ ਜਿੱਦਾਂ ਮੈਂ ਵੀ ਇੰਡੀਆ 'ਚ ਹੁੰਦਾ ਸੀ, ਮੈਨੂੰ ਚੇਤਾ ਬਾਲ ਸਭਾ ਹੁੰਦੀ ਸੀ ਸ਼ਨੀਵਾਰ ਵਾਲੇ ਦਿਨ, ਤੁਹਾਡੇ ਸਕੂਲ ਦੇ ਵਿੱਚ ਵੀ ਹੁੰਦੀ ਹੋਵੇਗੀ, ਅਤੇ ਤੁਸੀਂ ਉਹਨਾਂ ਦੇ ਵਿੱਚ ਪਾਰਟੀਸਪੇਟ ਉਦੋਂ ਕਰਦੇ ਹੁੰਦੇ ਸੀ, ਅਤੇ ਕਿੱਦਾਂ ਦਾ ਰਿਸਪੋਂਸ ਰਿਹਾ ਤੁਹਾਡੇ ਟੀਚਰਸ ਦਾ ਜਾਂ ਤੁਹਾਡੇ ਜਿਹੜੇ ਨਾਲ ਪੜ੍ਹਨ ਵਾਲੇ ਸੀਗੇ ਵਿਦਿਆਰਥੀ, ਉਹਨਾਂ ਦਾ ਕਿੱਦਾਂ ਦਾ ਰਿਸਪੋਂਸ? ਦੇਖੋ ਜੀ, ਸਕੂਲ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਅਸੀਂ ਗੁਰਦੁਆਰੇ ਵੀ ਜਾਂਦੇ ਸੀ ਤਾਂ ਉਹ ਕਲਾਕਾਰ ਕਹਿੰਦੇ ਨਾ ਜਿਹੜੇ ਲਾਈਕ ਉਹਨਾਂ ਨੂੰ ਲੋਕਾਂ ਨੂੰ ਇਕੱਠੇ ਕਰਨ ਦਾ ਬਹੁਤ ਸ਼ੌਕ ਹੁੰਦਾ, ਹੈ ਨਾ, ਵੀ ਉਹ ਸਾਰੇ ਇਕੱਠੇ ਕਰ ਲਿਜਾਣੇ।
ਸਕੂਲੇ ਬਾ ਸਕੂਲ ਦੇ ਵਿੱਚ ਵੀ ਮੈਂ ਜਿਹੜੀਆਂ ਇਹ ਗਤੀਵਿਧੀਆਂ ਹੁੰਦੀਆਂ ਸੀ ਜਿਵੇਂ ਕਲਾ ਦੇ ਨਾਲ ਬਾਲ ਸਭਾ ਹੁੰਦੀ ਹੁੰਦੀ ਸੀ ਹੈ ਨਾ, ਤਾਂ ਉਹਦੇ 'ਚ ਵੀ ਸਭ ਤੋਂ ਮੂਹਰੇ ਹੁੰਦੇ ਸੀ ਆ। ਤਾਂ ਉਸ ਤੋਂ ਬਾਅਦ ਕਾਲਜ ਆਏ ਤਾਂ ਕਾਲਜ ਦੇ ਵਿੱਚ ਵੀ ਸਭ ਤੋਂ ਮੂਹਰੇ ਹੀ ਰੱਖਿਆ। ਤਾਂ ਕਿੱਥੇ ਵੀ ਜਦੋਂ ਗੀਤ ਸੰਗੀਤ ਦੀ ਗੱਲ ਹੋਣੀ ਤਾਂ ਵੀ ਹਰ ਇੱਕ ਚੀਜ਼ ਦੇ ਵਿੱਚ ਮੇਰੀ ਪਾਰਟੀਸਪੇਸ਼ਨ ਹੁੰਦੀ ਸੀ, ਪਰ ਉਹ ਹੋਣੀ ਮੇਰੇ ਲਈ ਲਾਜ਼ਮੀ ਹੁੰਦੀ ਸੀ ਕਿਉਂਕਿ ਸਕੂਲ ਵਾਲਿਆਂ ਦਾ ਹੁੰਦਾ ਸੀ, ਹੈ ਨਾ। ਫਿਰ ਯੂਨੀਵਰਸਿਟੀ ਵੀ ਸਭ ਤੋਂ ਅੱਗੇ ਰਹੇ, ਹੈ ਨਾ। ਸੋ ਬਾਲ ਸਭਾ ਦੇ ਵਿੱਚ ਮੈਨੂੰ ਯਾਦ ਅਸੀਂ ਗਾਉਂਦੇ ਹੁੰਦੇ ਸੀ ਵਿੱਦਿਆ ਤੀਜਾ ਨੇਤਰ ਹੁੰਦਾ ਕਹਿਣ ਸਿਆਣੇ ਗੱਲ ਸਿਆਣੀ, ਸੁਣ ਲਓ ਮੇਰੇ ਬਾਲ ਦੋਸਤੋ ਇਹ ਵਿੱਦਿਆ ਦੀ ਉਮਰ ਕਹਾਣੀ, ਹੈ ਨਾ। ਸੋ ਉਹ ਬਾਲ ਸਭਾ ਤੋਂ ਉੱਥੋਂ ਸਟਾਰਟ ਹੋਇਆ ਸਿਲਸਿਲਾ, ਅਤੇ ਤਾਂ ਉਹ ਅੱਗੇ ਵੱਧਦਾ ਰਿਹਾ। ਸਾਰੇ ਵੋਹੀ ਕਿਸੇ